ਸਤਿ ਸ਼੍ਰੀ ਅਕਾਲ ਜੀ ਯੂ ਆਰ ਵਾਚਿੰਗ ਹੈਲਦੀ ਥੌਟਸ ਅ ਟੂਡੇ ਵੀ ਵਿਲ ਟਾਕ ਅਬਾਊਟ ਅ ਵੈਜੀਟੇਬਲ ਲੋਕੀ ਲੋਕੀ ਸਮਰ ਚ ਵੀ ਵਿంటర్ ਚ ਵੀ ਦੋਨੋ ਸੀਜ਼ਨਸ ਦੇ ਵਿੱਚ ਹੁੰਦੀ ਆ ਬਟ ਕਈ ਵਾਰ ਆਪਾਂ ਇਹਨੂੰ ਲਾਈਕ ਨਹੀਂ ਕਰਦੇ ਇਹ ਵੀਡੀਓਸ 'ਚ ਆਪਾਂ ਇਹਦੇ ਹੈਲਥ ਬੈਨੀਫਿਟਸ ਐਂਡ ਬਿਊਟੀ ਬੈਨੀਫਿਟਸ ਡਿਸਕਸ ਕਰਾਂਗੇ ਕਿ ਲੋਕੀ ਦੇ ਆਪਣੀ ਬਾਡੀ ਦੇ ਵਿੱਚ ਕੀ ਕੀ ਫਾਇਦੇ ਆ ਅਨਦਰ ਇਹ ਬਹੁਤ ਚੀਪ इजीली अवेलेबल ਮਿਲਣ ਵਾਲੀ ਵੈਜੀਟੇਬਲ ਹੈ ਐਂਡ ਇਹਦੇ ਚ ਵਾਟਰ ਕੰਟੈਂਟ ਬਹੁਤ ਅਮਾਉਂਟ ਜ ਪ੍ਰੈਜ਼ੈਂਟ ਹੁੰਦਾ ਹੈ 92 92% ਵਾਟਰ ਇਹਦੇ ਚ ਪ੍ਰੈਜ਼ੈਂਟ ਹੈ ਕੈਲਰੀਜ਼ ਬਹੁਤ ਘੱਟ ਹੈ ਫਾਈਬਰਸ ਦੇ ਨਾਲ ਲੋਡਡ ਹੈ ਸਭ ਤੋਂ ਅਗਰ ਆਪਾਂ ਇਹਦਾ ਫਰਸਟ ਇਨਕ੍ਰੈਡੀਬਲ ਬੈਨੀਫਿਟ ਦੀ ਗੱਲ ਕਰੀਏ ਇਟ ਹੈਲਪਸ ਇਨ weight loss weight loss ਦੇ ਵਿੱਚ ਹੈਲਪ ਕਰਦੀ ਹੈ ਹਾਉ ਬਿਕੋਜ਼ ਇਹਦੇ ਵਿੱਚ ਬਹੁਤ ਸਾਰਾ ਫਾਈਬਰ ਬਹੁਤ ਸਾਰਾ ਵਾਟਰ ਬਹੁਤ ਸਾਰੇ ਵਿਟਾਮਿਨ ਇਹਦੇ ਵਿੱਚ ਫਿਲ ਹੁੰਦੇ ਨੇ ਤਾਂ ਆਪਣੇ ਆ ਜੋ ਮੈਟਾਬੋਲਿਜ਼ਮ ਹੈ ਉਹਨੂੰ ਮੇਨਟੇਨ ਕਰਦੀ ਹੈ ਤੇ ਆਪਾਂ ਕਾਫੀ ਟਾਈਮ ਲਈ ਫੁੱਲ ਰਹਿੰਦੇ ਆਂ ਅਗਰ ਆਪਾਂ ਲੋਕੀ ਦਾ ਸੂਪ ਲੋਕੀ ਜੂਸ ਕੁਝ ਵੀ ਲੈਨੇ ਆਂ ਸੈਕੰਡ ਵਨ ਇਹ ਆਪਣੀ ਹਾਰਟ ਹੈਲਥ ਨੂੰ ਮੇਨਟੇਨ ਕਰਦੀ ਹੈ ਆਪ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਆਪਣਾ ਡਾਈਟਰੀ ਪੈਟਰਨ ਥੋੜਾ ਚੇਂਜ ਹੋ ਗਿਆ ਤੇ ਆਪਾਂ ਨੂੰ ਹਾਰਟ ਪ੍ਰੋਬਲਮਸ ਦਾ ਰਿਸਕ ਕੋਲੇਸਟ੍ਰੋਲ ਹਰ ਦੂਜੇ ਬੰਦੇ ਦਾ ਇਨਕਰੀਜ਼ ਹੁੰਦਾ ਸੋ ਇਹ ਹਾਰਟ ਹੈਲਥ ਨੂੰ ਮੇਨਟੇਨ ਕਰਨ ਦੇ ਵਿੱਚ ਵੀ ਹੈਲਪ ਕਰਦੀ ਹੈ अर्ਲੀ ਮਾਰਨਿੰਗ ਐਮਪਟੀ ਸਟਮਕ ਅਗਰ ਆਪਾਂ ਲੋਕੀ ਜੂਸ ਲੈਂਦੇ ਆ ਤਾਂ ਹਾਰਟ ਹੈਲਥ ਲਈ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨ ਚ ਬਹੁਤ ਫਾਇਦਾ ਮਿਲਦਾ ਹੈ ਡਾਇਬੀਟਿਕ ਲੋਕ ਜਿਨ੍ਹਾਂ ਲੋਕਾਂ ਦਾ ਬਲੱਡ 슈ਗਰ ਲੈਵਲ ਇਨਕਰੀਜ਼ ਹੁੰਦਾ ਉਹ ਲੋਕ ਲੋਕੀ ਦਾ ਅਗਰ ਯੂਜ਼ ਕਰਦੇ ਆ ਤਾਂ ਉਹਨਾਂ ਦਾ ਬਲੱਡ 슈ਗਰ ਲੈਵਲ ਜਿਹੜਾ ਕੰਟਰੋਲ ਮਤਲਬ ਆਪਣੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਮੇਨਟੇਨ ਕਰਕੇ ਆਪਣੀ 슈ਗਰ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦੀ ਹੈ ਲੋਕੀ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹੋ ਨੈਕਸਟ ਵਨ ਅਗਰ ਆਪਾਂ ਨੂੰ ਕੋਈ ਡਾਈਜੈਸਟਿਵ ਇਸ਼ੂ ਹੈ ਮਤਲਬ ਆਪਣੇ ਪਾਚਨ ਪ੍ਰਣਾਲੀ ਦੇ ਵਿੱਚ ਡਾਈਜੈਸਟਿਵ ਸਿਸਟਮ ਦੇ ਵਿੱਚ ਕੋਈ ਇਸ਼ੂ ਹੈ ਕਨਸਟਿਪੇਸ਼ਨ ਹੈ ਬਲੋਟਿੰਗ ਹੈ ਕੋਈ ਐਸਿਡਿਟੀ ਪ੍ਰੋਬਲਮ ਹੈ ਤਾਂ ਵੀ ਆਪਾਂ ਲੋਕੀ ਦਾ ਜੂਸ ਲੋਕੀ ਨੂੰ ਕਿਸੇ ਵੀ ਵੇਜ ਦੀ ਸਬਜ਼ੀ ਬਣਾ ਕੇ ਦਾ ਸੂਪ ਬਣਾ ਕੇ ਯੂਜ਼ ਕਰ ਸਕਦੇ ਹਾਂ ਡਾਈਜੈਸਟਿਵ ਪ੍ਰੋਬਲਮਸ ਨੂੰ ਰੀਲੀਫ ਕਰਦੀ ਹੈ ਨੈਕਸਟ ਵਨ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨ ਦੇ ਵਿੱਚ ਹੈਲਪ ਕਰਦੀ ਹੈ ਕੋਲੇਸਟ੍ਰੋਲ ਕਿ ਕਿੰਦਾ ਐਲੀਮੈਂਟ ਹੈ ਜੋ ਆਪਣੇ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਮਤਲਬ ਲੋਕੀ ਹੈ ਜਿਹੜੀ ਬੈਡ ਕੋਲੇਸਟ੍ਰੋਲ ਨੂੰ ਘਟ ਕਰਦੀ ਹੈ ਕੋਲੇਸਟ੍ਰੋਲ ਅਗਰ ਜ਼ਿਆਦਾ ਹੋ ਜਵੇ ਤਾਂ ਆਪਣਾ ਜੋ ਹਾਰਟ ਦੀਆਂ ਵਾਲਸ ਹੈ ਉਹਦੇ ਅੰਦਰ ਡਿਪੋਜ਼ਿਟ ਹੋ ਜਾਂਦਾ ਹੈ ਨੈਕਸਟ ਵਨ ਬਿਊਟੀ ਲਈ ਸਕਿਨ ਗ्लो ਕਰਨ ਜੋ ਸਕਿਨ ਦੀ ਗਲੋਇੰਗ ਹੈ ਉਹਦੇ ਲਈ ਵੀ ਲੋਕੀ ਬਹੁਤ ਬੈਨੀਫੀਸ਼ੀਅਲ ਹੈ ਮਤਲਬ ਸਕਿਨ ਗ्लो ਕਰਨ ਦੇ ਵਿੱਚ ਵੀ ਲੋਕੀ ਇਹਦਾ ਬੈਨੀਫਿਟ ਹੈ ਬਿਊਟੀ ਬੈਨੀਫਿਟ ਵੀ ਹੈ ਸੋ ਅਗਰ ਤੁਸੀਂ ਨਹੀਂ ਪਸੰਦ ਕਰਦੇ ਤਾਂ ਇਹਨੂੰ ਯੂਜ਼ ਕਰੋ ਤੁਹਾਨੂੰ ਅਗਰ ਕੋਈ ਸੀਰੀਅਸ ਇਸ਼ੂ ਹੈ ਤਾਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਥੈਂਕਸ ਫॉर ਵਾਚਿੰਗ ਦੀ ਵੀਡੀਓ ਬਾਏ ਬਾਏ ਟੇਕ ਕੇਅਰ ਹੈਵ ਅ ਗੁੱਡ ਡੇ